ਖਿਆਲਾ ਕਰਾਂ ਉਸਤਾਦ ਜੀ ਤੁਸੀਂ ਤਾਂ ਇੰਜ ਪੇ ਲੱਗਦੇ ਜੇ ਜਿਵੇਂ ਅਰਸ਼ਾਂ ਦਾ ਤਾਰਾ ਹੈ ਪਰ ਮੇਰੇ ਕੋਲ ਸ਼ੀਸ਼ਾ ਕੋਈ ਨਹੀਂ ਜਿਹੜਾ ਮੈਂ ਤੈਨੂੰ ਵਿਖਾ ਦੇਵਾਂ ਅੱਛਾ ਮੈਂ ਹਾਲੇ ਸ਼ੀਸ਼ਾ ਵੇਖਣਾ ਹੀ ਨਹੀਂ ਜਦੋਂ ਤੱਕ ਮੇਰੀ ਪ੍ਰਿਯੰਕਾ ਪੂਜਾ ਨਹੀਂ ਆ ਜਾਂਦੀ ਉਦੋਂ ਤੱਕ ਮੈਂ ਸ਼ੀਸ਼ੇ ਦੇ ਨੇੜੇ ਹੀ ਨਹੀਂ ਜਾਣਾ ਉਸਤਾਦ ਜੀ ਜਿੰਨੀ ਤੁਸੀਂ ਉਹਦੀ ਤਾਰੀਫ ਕਰਦੇ ਨੇ ਨਾ ਪ੍ਰਿਯੰਕਾ ਪੂਜਾ ਦੀ ਮੈਨੂੰ ਤਾਂ ਇੱਕ ਵਾਰੀ ਵਿਖਾਵੋ ਦੀ ਤਸਵੀਰ ਹਾਂ ਹਾਂ ਤੈਨੂੰ ਹੁਣੇ ਵਿਖਾ ਦੇਣਾ ਇਹ ਕਿਹੜੀ ਗੱਲ ਹੈ ਉਹ ਮੈਂ ਤਾਂ ਕੁਝ ਵੀ ਨਹੀਂ ਸੋਣਾ ਹਾਂ ਉਹ ਜੱਡੀ ਉਹ ਸੋਣੀ ਹੈ ਇੰਜ ਲੱਗਦਾ ਜਿਵੇਂ ਹੂਰ ਹੁੰਦੀ ਉਸਤਾਦ ਜੀ ਤੁਸੀਂ ਨਾ ਵੀ ਇਹ ਗੱਲ ਕਰੋ ਨਾ ਮੈਨੂੰ ਇਤਬਾਰ ਹੈ ਅੱਛਾ ਹਾਂ ਹੁਣੇ ਵੇਖ ਫੇਰ ਉਹਦਾ ਫੋਟੋ ਮੋਬਾਈਲ ਕੋਈ ਨਹੀਂ ਇਧਰ ਜੇ ਬੱਚੀ ਕੋਈ ਨਹੀਂ ਮੋਬਾਈਲ ਦੇ ਵਿੱਚ ਉਹਦਾ ਫੋਟੋ ਹਾ ਤੇ ਮੋਬਾਈਲ ਮੇਰਾ ਖਿਆਲ ਹੈ ਜਿਹੜੇ ਮੈਂ ਪੁਰਾਣੇ ਕੱਪੜੇ ਲਾ ਕੇ ਆਇਆ ਉਹਨਾਂ ਦੀ ਜੇਬ ਦੇ ਵਿੱਚ ਰਹਿ ਗਿਆ ਮੈਂ ਹੁਣੇ ਲੈ ਕੇ ਆਇਆ ਮੈਂ ਵੀ ਨਾਲ ਆਵਾਂ ਨਹੀਂ ਨਹੀਂ ਤੂੰ ਇੱਥੇ ਹੀ ਬੰਨੇ ਆ ਰਹੋ ਮੈਂ ਜਾਂਦਾ ਪਿਆ ਮੋਬਾਈਲ ਲੈ ਕੇ ਆਉਂਦਾ ਪਤਾ ਨਸੀ ਨਾ ਕਿਤੇ ਮੇਰਾ ਮੇਕਅਪ ਪੂਰਾ ਕਰਨਾ ਹੈ ਅਮਾ ਓਏ ਅਮਾ ਹਾਂ ਕਮ ਔਨ ਕੀ ਵੇਂਦੀ ਪਈ ਐ ਮੇਰੇ ਮੂੰਹ ਤੇ ਦਣੀਆਂ ਉੱਗਰ ਪਿਆ ਤੇ ਬੂੜਾ ਚਗਾ ਜਾਣ ਦਿਆ ਮੂੰਹ ਤੇ ਚੂਨਾ ਕਿਦੋਂ ਮਾਲ ਕੇ ਆ ਗਿਆ ਕੁਬਾਲਦਾਰ ਜੀ ਸਹੀ ਕਿਸੇ ਦਾ ਓਏ ਅਮਾ ਤੁਸੀਂ ਪੁਰਾਣੇ ਲੋਕ ਨੇ ਤੁਹਾਨੂੰ ਕੀ ਪਤਾ ਤੁਸੀਂ ਲੱਸੀਆਂ ਨਾਲ ਡਾਵਣ ਵਾਲੇ ਲੋਕ ਨੇ ਇਹ ਮੈਂ ਕਰੀਮ ਲਾਈਵਨਾ ਸਿਲਮਨ ਬਲਚ ਕਰੀਮ ਆ ਸਿਲਮਨ ਜੀ ਮੈਨੂੰ ਨਾ ਦੱਸੋ ਲੋਕੀ ਰਾਤੀ ਕਰੀਮਾ ਲੈਂਦਾ ਦੁੱਧੀ ਦਸੀ ਬਣਾਏ ਪਰ ਮੂੰਹ ਧੋ ਲਾ ਓਏ ਅਮਾ ਮੈਂ ਰਾਤੀ ਆਪਣੇ ਆਪ ਨੂੰ ਨਹੀਂ ਨਿਗੇ ਆਉਂਦਾ ਤੇ ਮੈਨੂੰ ਕਿਹੜੀ ਲੋੜ ਹੈ ਰਾਤ ਨੂੰ ਕਰੀਮ ਲਾਉਣ ਦੀ ਇਸ ਗੱਲ ਨੂੰ ਛੱਡ ਜਿਹੜੇ ਹੁਣ ਮੈਂ ਕੱਪੜੇ ਲਾਣ ਉਹ ਕਿਦੇ ਆ ਕਮਲੇ ਟਾਲਾ ਤੇਰੇ ਕੱਪੜੇ ਚਾ ਕੇ ਤੇ ਸੁਗਰੀ ਧੋਵਣ ਗਈ ਹੋਈ ਹੈ ਤੇ ਜੱਗੇ ਨਾ ਸੀ ਨਾ ਪੂਜਿਆ ਕਰੋ ਬੁਰਾ ਛਾਲ ਵੀ ਨਹੀਂ ਲੰਦਾ ਉਹ ਸੀਣ ਨੂੰ ਪਰਾਂ ਦਫਾ ਕਰ ਅਮਾ ਉਹਨਾਂ ਕੱਪੜਿਆਂ ਦੇ ਵਿੱਚ ਮੇਰਾ ਮੋਬਾਈਲ ਹੈ ਉਹ ਸੁਗਰੀ ਬੇਵਕੂਫ ਕਿਤੇ ਪਾਣੀ 'ਚ ਨਾ ਸੱਟੀ ਖੜੋਤੀ ਹੋਵੇ ਇੱਥੇ ਨਾ ਖੜੋ ਮਗਰ ਲਗਾ ਜਾ ਠਿਗੜੀਆਂ ਧੋਵਣ ਲੱਗੇ ਸੁਗਰੀ ਕਿਤੇ ਛੋਟਾ ਮਰਸੇਦ ਮੋਬਾਈਲ ਟੋਟ ਦੇ ਸਹੀ ਆ ਨਮੂਨੇ ਆ ਕੇ ਕਿਤੇ ਮੇਰਾ ਪੇਸ਼ ਪਾਏਗੀ ਉਹ खिलारे पै जाते ਮੈਨੂੰ ਲੱਗਦਾ ਤੂੰ ਨਾ ਦੋ ਦੋ ਮਹੀਨੇ ਤੋਂ ਬਾਅਦ ਕੱਪੜੇ ਲਾਈਨੀ ਹੈ ਕਿੱਡਾ ਕਾਲਾ ਇਹਦੇ ਵਿੱਚੋਂ ਗੰਦ ਰਮਜੀ ਜ਼ਿਆਦਾ ਕੱਪੜੇ ਪਾਉਂਦਾ ਹੈਗਾ ਨੀ ਸੁਗਰੀਆ ਹਾਂ ਉਹਦੇ ਵੇਖੀ ਆ ਸੁਗਰੀਆ ਆ ਤੇਰਾ ਪੰਨਾ ਚੋਂ ਜਾਵੇ ਦੰਦ ਕੱਢੀ ਜਾਨੀ ਹੈ ਮੇਰੇ ਜਿਹੜੇ ਕੱਪੜੇ ਨੇ ਮੈਲੇ ਉਹ ਕਿਹਦੇ ਨੇ ਤੇਰੇ ਕੱਪੜੇ ਜਿਹੜੇ ਮੈਲੇ ਜ਼ਿਆਦਾ ਹੈ ਗਿਆਨ ਉਹ ਸੂਟ ਤੇ ਲਾਉਣ ਦਾ ਹੈਗਾ ਆ ਸਾਰਾ ਕੰਨ ਕੋਲੋਂ ਫਿੱਸਾ ਪਿਆ ਤੇ ਮੈਂ ਤਾਂ ਰੂੜੀ ਤੇ ਸੜ ਦਿੱਤਾ ਮੈਂ ਕਿਹਾ ਮੇਰੇ ਕੋਲ ਕੋਈ ਨਹੀਂ ਧੁੱਪਦਾ ਉਹ ਲੱਖ ਲਾਣਾ ਤਈ ਉਹਦੀ ਜੇਬ ਦੇ ਵਿੱਚ ਮੋਬਾਈਲ ਆ ਮੋਬਾਈਲ ਹੈਗਾ ਤੇ ਮੈਨੂੰ ਕੀ ਪਤਾ ਹੈ ਅੱਗੇ ਤਾਂ ਦੀ ਜੇਬ ਦੇ ਵਿੱਚ ਰੱਖਣਾ ਹੀ ਹੈ ਉਹ ਜੇਬਾਂ ਦੀ ਤਲਾਸ਼ੀ ਲਈ ਕੀਤੀ ਕਰ ਜਿਹੜੇ ਕੱਪੜੇ ਲਾਈ ਦੇ ਹੁੰਦੇ ਨੇ ਬੰਦੇ ਨੂੰ ਨਹੀਂ ਯਾਦ ਰਹਿੰਦਾ ਤੇ ਮੈਨੂੰ ਵੀ ਨਹੀਂ ਯਾਦ ਰਿਹਾ ਮੈਂ ਕਿਉਂ ਆਦੀ ਕੰਮ ਦੀ ਛਈਆਂ ਕੱਢ ਲੈਂਦਾ ਹੈਗਾ ਮੋਬਾਈਲ ਸ਼ਮੈਲ ਦੇ ਵਿੱਚੋਂ ਕਿਹੜੀ ਰੂੜੀ ਤੇ ਸੱਟੀ ਕਮੀਜ਼ ਆ ਜਿਹੜੀ ਸਾਹਮਣੇ ਰੂੜੀ ਉਹਦੇ ਵਿੱਚ ਸੱਟਿਆ ਹੈਗਾ ਜ਼ਹਿਰ ਫਿੱਟੇ ਮੂੰਹ ਤੇ ਮੂੰਹ ਤਾਂ ਕੀ ਮਲੀ ਬਣਾ ਹੈ ਤੋ ਚੁੱਪ ਕਰ ਜਾ ਨਹੀਂ ਤੇਰੇ ਸਾਈਂ ਦੀ ਮੈਨੂੰ ਤਾਂ ਲੱਗਦਾ ਵੈਸੀ ਤਬੀਅਤ ਖਰਾਬ ਹੋਈ ਖਲੋਤੀ ਹਿੱਲਾ ਤਾਂ ਨਹੀਂ ਮੰਦਾ ਪਤਾ ਨਹੀਂ ਮੈਨੂੰ ਤਾਂ ਲੱਗਦਾ ਹੈਗਾ ਕਿਸੇ ਹਵਾਮ ਤੇ ਗਿਆ ਤਾਂ ਨਾਇਨ ਆ ਕੇ ਸ ਮੇਰਾ ਫਿਸ਼ਲ ਕਰ ਦੇ ਉਹਨੇ ਫਿਰ ਫਿਸ਼ਲ ਕੀਤਾ ਤੇਰੇ ਮੋਬਾਈਲ 'ਚ ਤੇ ਆ ਗਿਆ ਤਾਂ ਉੱਥੋਂ ਨਿਕਲਣ ਦੀ ਕੀਤੀ ਹੈ ਇਸ ਤੋਂ ਹੈ ਤਾਂ ਪੂਰਾ ਸੂਰ ਅਕਲ ਦਾ ਯਾ ਸੁਗਰੀਆ ਤੇਰਾ ਪੰਨਾ ਚੌਂ ਜਾਵੇ ਮੇਰੀ ਕਮੀਜ਼ ਕਿੱਥੇ ਸੱਟ ਛੱਡੀ ਗਈ ਜੇ ਮੇਰਾ ਮੋਬਾਈਲ ਖੜੀ ਗਿਆ ਤਾਂ ਮੈਂ ਤੇਰੀਆਂ ਅੱਜ ਲੱਤਾਂ ਬੰਨ ਦੇਸਾਂ ਓ ਮੇਰਾ ਪੁੱਤਰ ਖੈਰ ਇਹ ਕਿਉਂ ਅਰੂੜੀਆਂ ਫੁਲਰੇਂਦਾ ਬਣਾ ਹੈ ਓ ਚਾਚਾ ਮੇਰੀ ਸਮਾਣੀ ਨੇ ਕਮੀਜ਼ ਲਿਆ ਕੇ ਮੇਰੀ ਜਿਹੜੀ ਹੈ ਇੱਥੇ ਅਰੂੜੀ ਤੇ ਸੱਟ ਦਿੱਤੀ ਹੈ ਉਹਦੀ ਜੇਬ ਦੇ ਵਿੱਚ ਮੇਰਾ ਮੋਬਾਈਲ ਆ ਉਹ ਹੁਣ ਕਮੀਜ਼ ਲੱਭਦਾ ਵਾ ਨਾ ਓ ਕਮੀਜ਼ ਹੀ ਤੈਨੂੰ ਲੱਭ ਜਾਂਦੀ ਹੈ ਇੱਕ ਗੱਲ ਤਾਂ ਮੈਂ ਦੱਸਾਂ ਮੂੰਹ ਤੇ ਬਰੂੜੀਆਂ ਨਿਕਲੀ ਨੇ ਜਿਹੜੇ ਦਵਾਈ ਲਾਈ ਬਣਾ ਓ ਦਵਾਈ ਨਹੀਂ ਓ ਚਾਚਾ ਰੰਗ ਚਿੱਟਾ ਕਰਨ ਵਾਲੀ ਕਰੀਮ ਹੈ ਓ ਤੈਨੂੰ ਕਈ ਲੋੜ ਪੈ ਗਈ ਹੈ ਰੰਗ ਚਿੱਟਾ ਕਰਨ ਦੀ ਜੇ ਰੰਗ ਚਿੱਟਾ ਹੀ ਕਰਨਾ ਆਇਆ ਤਾਂ ਪੂਰੇ ਪਿੰਡੇ ਤੇ ਮੱਲੇ ਆ ਓ ਚਾਚਾ ਤੂੰ ਐ ਪੁਰਾਣੇ ਜ਼ਮਾਨੇ ਦਾ ਬੰਦਾ ਤੇਰੇ ਚ ਅਕਲ ਮੌਤ ਕੋਈ ਨਹੀਂ ਹੈ ਆ ਮੇਰੀ ਕਮੀਜ਼ ਲਵਾ ਕੇ ਵੇਖ ਲਾ ਮੇਰਾ ਰੰਗ ਚਿੱਟਾ ਹੀ ਹੈ ਲੇਕਿਨ ਸਿਰਫ ਮੂੰਹ ਤੇ ਲਾਨਤ ਪਈ ਹੋਈ ਹੈ ਮੇਰਾ ਪੁੱਤ ਇਹ ਤਾਂ ਮੁੜ ਤੇਰੇ ਕਰਤੂਤਾ ਤੂੰ ਲਾਨਤ ਪਈ ਹੈ ਨਮਾਜ਼ ਪੜੀ ਕਰ ਅੱਲਾ ਤਾਲਾ ਮਿਹਰਬਾਨੀ ਕਰੇ ਸੀ ਤੇ ਤੇਰੇ ਚਿਹਰੇ ਤੇ ਨੂਰ ਆਵੇ ਸੀ ਇਹ ਲਾਨਤ ਉੱਡ ਵਈ ਸੀ ਓ ਚਾਚਾ ਮੈਂ ਮਸਜਿਦ ਚ ਵਗ ਵੀ ਜਾਵਾਂ ਲੋਕੀ ਯਕੀਨ ਨਹੀਂ ਕਰਦੇ ਕਿ ਨਮਾਜ਼ ਪੜਨ ਆਇਆ ਉਹ ਸਮਝਦੇ ਨੇ ਜੁੱਤੀਆਂ ਲੁਕਾਵਣ ਆਇਆ
इस गल नूं छड्ड, मैनूं दस मेरी कमीज किवें लभसी, उहदे विच मेरा मोबाइल है। हाँ कमीज, ओए गेरे मैं इत्थों लग्गिया ते बिल्लो वधिया लीरां कट्ठियां करन दी पुराणियां, ओह मैं कह छोरे के करन दी वधी है, अगे चाचा लीरां कट्ठियां करके वाण वट के मंजी बुणुआ मैं। हाँ चाचा वो कार कड़ी छी मेरी इत्थों कमीज चाक लै गई सी, वह तो गली च पे हो खगार नहीं छड़दी, बहुत लानती किस्म की औरत है, तू चल मेरे नाल, उस मनना कोई नहीं, तू ओनू मनावी। ओ मेरा पुत्र जे मेरे जावण नाल तेरी कमीज लभदी है ना, तो मैं लगा चलना तेरे नाल, मेरी कोई मेहंदी लांदी पे, चल आ जा चाचा मेरे नाल, तेरी बड़ी मेहरबानी, चल। शाबाश पारी खड़ती है, प्यो दी कमीज समझी खड़ती है, ओ समझे हराम दा माल है। की गल तुहानू कई वज्जी वधी है, मैं को तुहाडी कमीज पारी, मैं तां रूड़ी तू लीरां लभियां ने। ए लीरां नहीं है ना, ए मेरी कमीज है जेड़ी तू अरूड़ी तू चाक लेंदी, तेंदी जेब च मोबाइल आ। मोबाइल शुबाइल कोई नहीं है दी जेब च, नाले मैनू क्या पता भी ए कमीज रमजी दी है, मैं तां अरूड़ी तू चोक के लाया आंदियां, हुण कूड़ छूड़ ना मार। ओए ओ गोया चट्टण वाले बटीटा ला, आ मुंह तक की मली बना। मैं तां वेख्या ही कोई नहीं, आई नु खट्टा जिवें कबरा पाट ते आया, मैं तां लगदा चूना मली वदा। ए बकवास हाथ बंद करो, मेरी तवज्जो मोबाइल तो ना हटाओ, मेरा मोबाइल जेब दे विच कमीज दे हा, ओ तुसी कढ़ लिया, मेरे हवाले कर दो, नहीं तो मैं तुहानू पुलिस दे हवाले कर देंगा। ए पचाऊ है नहीं मोबाइल विला के, एडा सौखा मैं तुहानू मोबाइल पचण नहीं देना, अब बिल बतौड़ी नासा चौड़ी आ। चाचा डोरा तू चुप करके खो, तेरा साडा रोला कोई नहीं है, तू एवे खाए दे गवा डड्डू बनया खलोता, आपा तो मोड़ भी एक दूए दे मत्थे लगना, साडा रोला सूर ते थोन नाले नाले पहले मैनू ए दे नाल नबेड़ लैण दे। नहीं तू मैनू ए तो दस भाई, तू सानू मोबाइल हत्थी फदा है जेड़ा आके मंगदा पिया, ओ किदू होर दे पता कर, साडे कोल तेरा मोबाइल कोई नहीं हो। अई तोडे अकल मरी के वदन जी, तुसी मोबाइल रूड़ियां ते सटदे वदन, हुण जी खुत हो गया दिहाड़ी दिहाड़ी, अन तुन तुन के। ओ चाचा डोरा मेरा मत्था लग गया सूर टब्बर दे नाल, हुण मैनू दस महीना दी केड़ी केड़ी गल दा जवाब देवां, ए तां वारी नहीं आवण देंदे पए। ओ मेरा पुत्र ए चिट्टे को धोपते नहीं आए, ए उम्र दे तकाजे नाल आए, ते गल्लां तू मालूम होंदे पए के मोबाइल पचा हुए तेरा। इज्जत नाल मेरा मोबाइल मेरे हवाले कर दे, ओ बिल बतौड़ी मैं तैनूं दसदा पिया, ओ ना होवे कि मैं तुहानूं बहुत बुरा पेश आवां, ते मेरा मोबाइल तुहानूं हजम करना बहुत औखा है। ओ साडे कोल तेरा कोई मोबाइल शुबाइल कोई नहीं, जेड़ा कोई जोंदे ना कर ले। रमजी एवे हाल हाल गतन दी लोड़ कोई नहीं है, जे तैनूं साडी गल ते इतबार नहीं ना आंदा ते साडे कोल कसम न्या लाए ला, मैनूं क्या पता भी ओ सरूड़ी ते तेरी कमीज पई है, मैं चाह के ल्यावणी कई आए। हेलो टाकियां पईयां जी, तैनूं नहीं ना साडे ते यकीन आंदा पिया, तूं इन्हां दी तलाशी ला। ओ मैं तलाशी की लवां, आ जेड़ी कमीज पाड़ी खड़ोती है मेरी कमीज है, ते इंदी जेब दे विच ही मोबाइल आ मेरा। ओ मेरे पुत्र इवें रोले गतन दा फायदा कोई नहीं, क्योंकि ए हत्थी नहीं आंदे, आपां जाने आ चार बंदे कट्ठे करके ना, ते लैमने ने बूहे ते भरे बने ने मोड़े मने से। ओ चार बंदे छड़ के भाव 100 बंदे दी भरे लाया, जदों साडे कोल मोबाइल है ही कोई ना, ते सानू डर के आ ए बड़ा मने से। ओ खबरां पट्टण वाली से आ, हुण इत्थे ही रहवीं मैं, मोबाइल तेरे कोल लै रही। पर वंदा रो काले चीते आ, मेरे कोल होसी ते तू लई से। आ घोटला घोटला अथत जान काई नहीं आई। आ गुटना दे ब्याह उस्ताद जी, काश जे तेरे हाथ थोंदे लम्मे लम्मे ते चास बाण जावणी गुटाई वाली। मोर ते क्या आई बात हाल, ओ मोला बख्शो। हां आ जिवे आदी अमानत दित्ते उवे सांभला, जिन्ना तेल आ उतना होए के वाद घट होया, हुण दे तू वाद पवाया तेल। शाबाश है जा मोड़, ठीक है मेहरबानी। हेलो ओ रमजी और आवे ना इदे, आ सूर दी किते निगे पाए गई, इदी हुण सुननी पंसी बंदा चबल जी है। हाँ भाई भाव आयो, आ किवे आ गदरी लानत मुंह ते मल्ली बना है। मैं रंग चिटा करूंगा, मकसद दी गल कर। अच्छा मकसद दी गल कर लई ना, मैनू ए दसो प्रियंका पूजी किदे। प्रियंका पूजा, ओ तैनू का आख्या प्रियंका पूजा दे बारे। ओए मुस्कानी नहीं है, मैनू उस दस्या भी इन इंडिया च रापते ठुके खलन, तू तो लड़की किले पटाई आंदी है कोई है प्रियंका पूजी। आ तो जावे आ इत्थे आवे आ, तो तुहाडे अंदरां च आग लग जावे आ। मेरा मोबाइल खड़ी गया जिंदे ते रापता हुंदा हुंदे नाल, ए ते डाढा सोणा हो गया, ते नंबर तो दा कत लिख लवे आ। बल्ले भाई कत लिख लवा हा भी, जेड़ा वेख्या उंदे नाल नंबर लड़ा लवे आ। ओ चुप रहे ना, ओ मेरा पुत्र मोबाइल है ते चाया बिल्लो री, ते तेरी मेहरबानी वसेब दी गल है, ते बड़ा परेशान है शोदा, ये मोबाइल तू हटवा के दे किवें। यार तू बदमाश बंदा है, तेरा रोब है पूरे महल्ले ते ऐ जिवें बुली कुत्ते दा होंदा है, ते तू मोबाइल लेके दे सकदा। मोबाइल ते मैं तेनूं डाढा ला देवां सू, लेकिन हुण नहीं,
जिनी तू चबल मारी ने बोली कुत्ते आली इथो मेरा ना दिमाग खराब हो गया हूं मेरा खे दूर हो जा। ओए मौला बशका, ओए आपा बचपन दे यार हैं, तैनु पता मेरी जबान तिलक जांदी है, मैं तैनु कुत्ता छड़ के मैं तैनु सूर भी साध लवा ते बुरा मनावण वाली केड़ी गल है। ओ चुप कर, ओ मेरा पोतर, तैनु पता है मोबाइल खड़ेस ते दिमाग को हले आवद है, एदी गल ते गुस्सा ना करी ते तेरी मेहरबानी मैं चिट्टी दाढ़ी नाल हाथ बंधी करा, इनु मोबाइल ला दे छोड़ दे। जे मेरा मोबाइल ना लबे तो मैं पागल हो जा, सता तुहानू होर महीने नु मैं पागल खाने च लबसा। ओ चाचा तेरे मुंह में जाना तो वैला बहुने काट लेने है, केड़ी गल है। मेहरबानी मेरा पुत्र, ओ तू लिता ना गाते इत्थे बाजात बंदा हुंदा पैसला लाए थे। चलो कर पैसा साफ, ये केड़ी गल है। चल भाई चलो। ਕਲਪੂਆ ਮੇਰੀਆ ਸਾਰੀ ਲਾਤ ਨੂੰ ਨਰਾ ਦੋਈ ਕਰੋਤੀ, ਅੱਲਾ ਜਾਣੇ ਕੀ ਹੋਇਆ ਕਰੋਤਾ ਮੈਨੂੰ। ਕੀ ਹੋਇਆ ਖਲਾ ਸਾਹਿਬ ਨਾ, ਤੈਨੂੰ ਵੀ ਕਿੰਨੀ ਵਾਰੀ ਆਖਿਆ ਨਾ ਕੰਮ ਕੀਤਾ ਕਰ, ਛੋਰੀ ਕੇ ਵਾਸਤੇ ਨੂੰ ਆਪੇ ਕਰ ਲਵਾਂ ਨਾ। ਛੋਰੀ ਠਿਗੜੀਆਂ ਦੀ ਪਾਂਡੇ ਲਾ ਗਈਆਂ ਖਾ ਲੈ ਤੇ 2 ਮਿੰਟ, ਮੈਂ ਆਖਿਆ ਘਰੇ ਮੈਂ ਕੰਮ ਕਰ ਲਵਾਂ, ਬਾਂਡੇ ਚੰਗੇ ਦੋ ਲਵਾਂ, ਜੇ ਬਾਂਡੇ ਦੋ ਕੁਟੀਆਂ ਤੇ ਮੇਰੀ ਪੂਰੀ ਲਾਤ ਨੂੰ ਤਰਾਟਾ ਪਾਉਂਦੀਆਂ ਪਈਆਂ। ਦਵਾਈ ਲੈ ਆਵੇਂਗੇ ਮਾਈ, ਸੁਬਾ ਦੀ ਕਿੰਨੂ ਉਡੀਕਦੀ ਪਈ ਆਈਆਂ। ਆ ਤਾਂ ਹੁਣ ਲਗਾ ਆਉਂਦਾ, ਮੈਨੂੰ ਕੌਣ ਲਾ ਜਾਵੇ ਆ ਦਵਾਈ ਲਾਇਆ ਮਾਸੂ। ਸੁਗਰੀ ਬਹਿਣ ਹੁਣ ਮੈਂ ਜਾਣੀ ਆ, ਸ਼ਾਮ ਹੋਈ ਖੋਤੀ ਏ ਸ਼ੋਕੀ ਤਾਂ ਮੇਰੀ ਜੁੰਡੀਆਂ ਪੱਟਦੇ ਸੀ ਤੇ ਹੁਣ ਕੋਇਆ ਫੇਰ ਨਾ ਆਇਆ। ਲੈ ਖੁਦਾ ਦਾ ਨਾ, ਮੇਰੇ ਤੋਂ ਬੜਾ ਜੇ ਧੰਮੀ ਆ ਜਾ ਸਾਣ। ਚਲੋ ਧੰਮੀ ਆ ਜਾਵੇ, ਜਿਹੜਾ ਸਾਹਮਣਾ ਘਰ ਹੈਗਾ ਮਾਛੀਆਂ ਕਾ ਛੱਪੋ ਮਾਛਣ, ਉਹਨੂੰ ਆ ਕੇ ਸੁਗਰੀ ਆਖਦੀ ਪਈ ਦੋ ਤਾਂਬੀਆਂ ਗੋਏ ਦੇ ਰੱਖੀ ਥੱਪੀ ਨਾ ਪਈ। ਮੈਂ ਇਕੱਠਾ ਕਰਕੇ ਰੱਖ ਦੇ ਸਾਂ, ਤੂੰ ਆ ਜਾਵੇਂ ਆਪਾਂ ਦੋਵੇਂ ਭੈਣਾਂ ਨਾਲ ਕੇ ਚਾ ਲਈ ਸਾਂ। ਚਲੋ ਦੋਵੇਂ ਜਣੀਆਂ ਚਾ ਕੇ ਸਿਆਏ ਸਾਂ, ਤੂੰ ਹੁਣ ਜਾ। ਚੰਗਾ ਲੈ, ਇਹਨਾਂ ਦੇ ਗੋਏ ਦੀ ਸਾਈ ਲਾ ਲਈਏ, ਆਪਾਂ ਹੁਣ ਇਹ ਕਰਨੇ, ਹੁਣ ਟਾਈਮ ਥੋੜਾ ਹੈ, ਆਪਾਂ ਸਵੇਰ ਸਾਂਝੇ ਚੱਲ ਸਾਂ, ਤੇਰੀ ਦਵਾਈ ਲੈ ਉਸ ਤੋਂ। ਹਾਂ ਐਵੇਂ ਕਰ ਸਾਂ। ਆਏ ਸੁਗਰੀਆ, ਹਾਂ ਠਿਕੜੀਆਂ ਦੋਵੇਂ ਗਈ ਐ, ਜਿਹੜਾ ਕੁੜਤਾ ਹਰਮ ਜੀ ਦਾ ਉਹਦੇ ਵਿੱਚ ਮੋਬਾਈਲ ਆ। ਹਾਂ ਗਿਆ ਆ ਖਾਲੇ ਤੇ ਕੁੜਤੇ ਦਾ ਪਤਾ ਕਰਨ, ਤੇ ਸਾਰਾ ਤਾਂ ਕੁੜਤਾ ਜਾਜਰੀ ਜਾਜਰੀ ਹੋਇਆ ਪਿਆ, ਤਾਂ ਮੈਂ ਰੂੜੀ ਤੇ ਸਾੜ ਦਿੱਤਾ, ਮੈਨੂੰ ਕੋਈ ਨਹੀਂ ਪਤਾ ਵਿੱਚ ਮੋਬਾਈਲ ਹੈਗਾ ਜਾਂ ਕੋਈ ਨਹੀਂ ਹੈਗਾ, ਅੱਲਾ ਇਸ ਗੱਲ ਨੂੰ ਜਾਣਦਾ ਹੈ। ਮੇਰੀ ਧੀ ਤੂੰ ਗਲਤੀ ਕੀਤੀ ਕੱਪੜੇ ਸੱਟਣ ਵਾਲੀ, ਜਦੋਂ ਕੱਪੜੇ ਬੰਦਾ ਧੁੰਦਾ ਹੈ ਨਾ ਉਦੋਂ ਔਰਤਾਂ ਦਾ ਕੰਮ ਹੁੰਦਾ, ਉਹ ਜੇਬਾਂ ਜੁਬਾਂ ਫਰੋਲ ਲੈਂਦੀਆਂ। ਚਾਚਾ ਅੱਗੇ ਮੈਂ ਜੇਬਾਂ ਦੀਆਂ ਵੇਖਦੀਆਂ ਨੇ, ਤੇ ਵਿੱਚ ਤਾਂ ਕੋਈ ਨਹੀਂ ਹੁੰਦਾ, ਸਿਗਟਾਂ ਦਾ ਟੋਟਾ ਵੀ ਖਾਲੀ ਜੇਬ ਰੱਖਦਾ, ਤੇ ਮੈਂ ਅੱਜ ਇਸੇ ਬੁਲੇਖ 'ਚ ਮਾਰੇ ਗਈਆਂ। ਮੈਂ ਕਿਹਾ ਅੱਗੇ ਵਿੱਚ ਕੋਈ ਸ਼ੈ ਨਹੀਂ ਆਉਂਦੀ, ਤੇ ਅੱਜ ਵੀ ਕੋਈ ਸ਼ੈ ਨਹੀਂ ਆਉਣੀ ਹੈਗੀ, ਉਹਦੇ ਨਸੀਬ ਸੌਂਗੇ ਉਹਨੇ ਮੋਬਾਈਲ ਵਿੱਚ ਰੱਖ ਦਿੱਤਾ, ਤੇ ਮੈਨੂੰ ਕੜਮੀ ਨੂੰ ਪਤਾ ਕੋਈ ਨਹੀਂ ਚੱਲਿਆ, ਮੈਂ ਮੋਬਾਈਲ ਰੂੜੀ ਤੇ ਸਾੜ ਦਿੱਤਾ, ਮੇਰੇ ਕੋਲ ਗਲਤੀ ਹੋ ਗਈ, ਤੇ ਮਾਫੀ ਦੇ ਦੇ, ਮੈਂ ਤੁਹਾਨੂੰ ਹੱਥ ਬੰਦੀ ਪਈਆਂ। ਹੁਣ ਮਾਫੀ ਮੰਗਣ ਦਾ ਕੀ ਫਾਇਦਾ, 50,000 ਦਾ ਮੋਬਾਈਲ ਆ ਜਿਹਨੂੰ ਤਾਂ ਪਾਣੀ ਗੱਜ ਚੜਿਆ, ਹੁਣ ਵੱਜੀ ਜਾ ਇਹਨਾਂ ਪੈਰਾਂ ਤੇ, ਤਾਂ ਕੁੜਤਾ ਜਾ ਕੇ ਵੇਖ ਮੋਬਾਈਲ ਲੱਭ ਲਿਆ। ਮਾਈ ਹੁਣ ਮੇਰੇ ਕੋਲ ਕੋਈ ਨਹੀਂ ਜਵੇਂਦਾ ਹੈਗਾ ਜਿਹੜਾ ਰੂੜੀਆਂ ਤੇ ਜਾ ਕੇ ਮੋਬਾਈਲ ਲੱਭਾ ਵੀ, ਸੁਬਾ ਦੀ ਗਈਆਂ ਕੱਪੜੇ ਧੋਣ ਵਾਸਤੇ, ਭਲਾ ਹੋਵੇ ਮੇਰੀ ਸਹੇਲੀ ਵਿਚਾਰੀ ਤੇ ਜਿਹੜੀ ਆ ਗਈ ਤਾਂ ਉਹਨੇ ਮਗਾਰ ਕਢਾਈ ਹੈਗੀ, 5,000 ਕੱਪੜੇ ਦੀ ਦੋਤੀਆਂ ਇੱਥੇ ਮੈਲੇ ਕੱਪੜੇ ਔਰ ਬੁਰਸ਼ ਮਾਰ ਮਾਰ ਕੇ ਮੇਰੇ ਭਾਈ ਥੱਕ ਗਈਆਂ ਹੈਗੀਆਂ, ਤੇ ਮੈਂ ਤਾਂ ਹੁਣ ਚਾਹ ਪੀ ਸਾ, ਸਕੂਨ ਕਰ ਸਾ, ਗੋਲੀਆਂ ਖਾ ਸਾ ਸਿਰ ਦੀ ਪੀੜ ਦੀਆਂ, ਫਿਰ ਜਾ ਕੇ ਤਸੱਲੀ ਨਾਲ ਲੱਭ ਸਾ ਪਾਈ, ਜੇ ਜਲਦੀ ਹੈ ਤੇ ਆਪ ਜਾ ਕੇ ਲੱਭ ਲਾ। ਮੋਬਾਈਲ ਨਹੀਂ ਲੱਭਦਾ, ਹੁਣ ਮੋਬਾਈਲ ਗਿਆ, ਉਹ ਲੋਕੀ ਦਾ ਗੋਇਆ ਚਾਤ ਮਰਿੰਦਾ ਵਦਾ ਏ, ਹੁਣ ਮੋਬਾਈਲ ਨਹੀਂ ਲੱਭਦਾ ਬਿਲਕੁਲ। ਉਹ ਮੋਬਾਈਲ ਨਾ ਨਾ ਲੱਭਿਆ, ਇਹਨਾਂ ਦੋਵਾਂ ਜੀਆਂ ਦੀ ਪੈਣੀ ਲੜਾਈ ਤੇ ਇਹਨਾਂ ਦੇ ਘਰ ਉੱਜੜ ਜਾਣੇ, ਮੈਂ ਤੈਨੂੰ ਦੱਸਦਾ ਘਰ ਚਾਚਾ ਨਹੀਂ ਉਜੜਦਾ, ਮੈਨੂੰ ਚਾਹ ਤਾਂ ਘੁੱਟ ਪੀ ਲਵਾਂ ਤੇ ਉਹ ਥੋੜੀ ਦੇਰ ਬਾਅਦ ਜਾ ਸਾ ਰੂੜੀ ਭੌਂਕ ਕੇ ਤੇਰੇ ਪੁੱਤਰ ਦਾ ਮੋਬਾਈਲ ਲਾ ਵੇ ਉਸਾ, ਤੇਰੇ ਪੁੱਤਰ ਦਾ ਅਕਲ ਤੇ ਕੰਮ ਕਰਦਾ ਨਾ ਕਿ ਆਦੀਆਂ ਛਈਆਂ ਜੇਬ ਵਿੱਚੋਂ ਕੱਢ ਲੀਆਂ ਕਰੇ, ਅੱਗੇ ਕੱਢ ਲੈਂਦਾ ਤਾਂ ਹੁਣ ਇਹਨੂੰ ਕੀ ਗੜਾ ਪੈ ਗਿਆ ਜਿਹੜਾ ਨਹੀਂ ਕੱਢੀਆਂ ਇਸੋਂ। ਨਹੀਂ ਇੱਥੇ ਹੁਣ ਚਾ ਨਾ ਨਿਗਲ ਦੇਵੇਂ ਬੰਨੀ ਜਾ ਤੱਤੇ ਤਾ, ਚਾ ਪੀਵਣ ਬਾ ਜਾ ਸਦ ਮੋਬਾਈਲ ਕੋਈ ਨਹੀਂ ਲੱਭਣਾ। ਆ ਵੇਖ ਮਾਈ ਮੇਰਾ ਸਿਰ ਨਾ ਖਾ, ਮੈਂ ਤਾਂ ਧੁੱਪ ਅੱਗੇ ਬੜੀ ਸੁਬਾ ਦੀ ਲੱਗੀ ਹੋਈ ਹੈ ਕਿ ਪਸੀਨਾ ਪਸੀਨੀ ਹੋ ਗਈ, ਚਾ ਤਾਂ ਘੁੱਟ ਮੈਨੂੰ ਜ਼ਹਿਰ ਪੀ ਲਵਣ ਦੇ। ਮੈਨੂੰ ਮਾਂ ਦੀ ਕਸਮ ਲੱਗੇ ਜੀ, ਕਰੀਮ ਬਾਸ਼ਕ ਦਾ ਮੋਬਾਈਲ ਮੈਂ ਚਾਹਿਆ ਹੋਵੇ ਤਾਂ। ਏਡਾ ਤੇਜ਼ ਨਾ ਬਣ ਤੂੰ, ਤੇ ਝੂਠੀਆਂ ਕਸਮਾਂ ਮੇਰੇ ਗੁਨਾ ਚਾ, ਮੇਰੇ ਯਾਰ ਰਮਜੀ ਦਾ ਮੋਬਾਈਲ ਕੱਢ, ਉਹ ਕਰੀਮ ਤਾਂ ਵੈਸੇ ਛੋਦਾ ਮੂੰਹ ਤਲਾਈ ਬਦਾ। ਬਿੱਲੋ ਹੌਸਲਾ ਜਵਾਬ ਦਿੱਤੀ ਖਾਲਾ, ਮੈਂ ਤਾਂ ਨਹੀਂ ਥੋੜੀ ਜਿਹੀ ਝੀ ਵਾਟ ਲਾ, ਹੋ ਸਕਦਾ ਆਪਾਂ ਨੂੰ ਪਚ ਜਾਵੇ। ਜਲਦੀ ਰਾਨਾ ਇਨਾ ਸਾਰਿਆਂ ਦੇ ਸਾਹਮਣੇ ਬੇਤ ਖੋਲ ਲਈ ਖਲੀ ਏ, ਪਚਣ ਨਹੀਂ ਦਿੰਦੇ ਮੋਬਾਈਲ, ਮੈਂ ਐਵੇਂ ਨਹੀਂ ਸੂਰ ਨਾਲ ਲੈ ਕੇ ਆਇਆ। ਓ ਕਾਲੇ ਘੋੜਿਆ, ਹੁਣ ਤੂੰ ਮੋਬਾਈਲ ਤੇ ਵੇਲਾ। ਨਹੀਂ ਨਹੀਂ ਮੋਲਾ ਬਸ਼ਕਾ, ਤੈਨੂੰ ਪਤਾ ਆਪਾਂ ਬਚਪਨ ਦੇ ਵੇਲੀ ਆ ਤੇ ਮੇਰੀ ਜ਼ਬਾਨ ਤੇ ਲੱਗ ਜਾਂਦੀ ਏ। ਹਾਂ ਮਜ਼ਾਕ ਕਰੇਂਦਾ ਏ, ਆ ਕਾਲਤੜੀ ਆ, ਆ ਕਾਟਾ ਮੋਬਾਈਲ ਮੇਰੇ ਯਾਰ ਦਾ, ਮੈਂ ਤੁਹਾਨੂੰ ਮੋਬਾਈਲ ਲਿਆ ਕੇ ਦੇ ਛੱਡਣੀ ਆ, ਐਵੇਂ ਤੁਸੀਂ ਮੇਰੇ ਸਾਈਂ ਦੀ ਕੋਟ ਕੋਟ ਕੇ ਦੂੜ ਛੰਡੀ ਖਲੋਤੇ ਨੇ, ਇਹ ਤਾਂ ਮਗਰੋਂ ਮੋਬਾਈਲ ਇਹੋ ਤੁਸੀਂ ਪਿਆਰ ਨਾਲ ਮੰਗ ਲਵਾ ਤੇ ਅਸੀਂ ਤੁਹਾਨੂੰ ਦੇ ਛੱਡੀਏ।
प्यार नाल तेरे को मोबाइल लवन आया ससबुल नाल लैके शरीफ आदमी नो पर उस टाइम तू बेदीद होई रही है और मेरे मुंह तो सारे जहान दी जुगता मारिया ने मेरे भी हया ना यो सलेम दा जेने तेरे ते विच मामला ही कोई नहीं मोबाइल तो साडे कोल हे कोई ना हां पिल्लोवा अंदरू मोबाइल चा के इना दे नाक ते मार आपा रूड़ियां भंगदे राणा अपन कदु मोबाइल और लाभ जासे चावणा कि दुए मोबाइल मेरे कोल है ते मोड़ दे इना नो काछे ठोकी गत्ती वाली है ओरे बाजिया चोर नहीं हां राजी है हां राजी हां काला आ गई हेलो हाँ, पाकिस्तान जा गई है हाँ, साढ़े चक को अपनी खोती है अड्डे दे बस ठीक है तू उथे ही खड़ो मैं आधे बंदे खलता पिया तो तेन लै आंदे नहीं करो है? मैं जाता पाया मामे कुकी को तो तुसी जा के बाज के उन्हें अड्डे तो लै आओ प्रियंका पूजा खूबसूरत हेलो तेन कमजोरी हो गई है मेनू चक्कर आंदे ने हो सकता मैं खा के ठीक हो जावां तेनू कमजोरी है मुड़ मेनू तो 50 बोतल लग सी खबर में एडी खुशी ना मनावा हा प्यो दा ता गम मनाई दा खुशी दा मकाम है मेरे वास्ते एक लड़की आउंदी पी इंडिया इचू मैं उन्हें टेलीफोन ते फसाया है उन्हें नाल गल बात की तो दौलत लैके आउंदी पी है अच्छा तेरे घर रासी मैं उन्हें नाल निकाह कर लई सा जट्टी ए चूचा भी हलाल कर ते टूआ भी हलाल कर तू एक बारी टेक के बह वे भाई ए तू तमाशा साडे घरे लाना हैगा तेनू नहीं पता कि तेरी शादी होई होगा तेरी बीवी जेड़ी चड़ैल हैगी है उन्हें ते आके इत्थे साडे पक्की पै जाना हैगा ना बाबा ना असी नहीं लड़ाइयां दे वस पैंदे हैगे गल इंदी भी ठीक है कोई होर दलील पेश कर दलील ए है कि ओ डॉलर लेके आंदी पिए लमियां रकमा लेके आंदी पिए इत्थे तुहाडे कोल पैसे जदों आ जाणगे चहल पहल हो जासी ते जेड़ा बंदा इत्थे तुहाडे नाल आके लड़सी मैं उहदी नस्ल मुका देंगा जट्टी इन्ने पैसे वेख बाकी सारा कुछ छड़ दे अपने भांजे दी खुशी वेखनी बिलकुल ठीक है ठीक है तुसी दोवें जने ना करो अपनी मर्जियां जदों मेरे तक गल आई ना ते मैं ते भाई चिट्टा नंगा जवाब उन्हां नूं देना कि मैं इस मसले दे विच हैगी कोई नहीं आ तुहाड़ा बैठा होया मामा ते इहनूं ही आके फड़ो ओ मेरा मामा आपे निबेड़ लई सी तू निकल इत्थों साईवाल दी बैड़ी आ अल्लाह फड़ जा रही हां मैं ओ अल्लाह दी गा मैं हुण मोटरसाइकिल धुआ के ल्यांदी है तू गुत्ते गड्डा सट्टी जानी पानी ते गोड सट लवेया बिजली कोई नहीं हैगी पानी की गोड्यां च सट लवा हां इन जाके साइड ते च खड़ा कर ते मोड़ बंदा इंदे ते कोई कपड़ा सट सकदा है साइड ते खड़ा कर जा नाले कोई नवी गल सुनी आई की आ जेड़ा सुगरी दा बंदा है रमजी ओ इंडिया च कोई कुड़ी लई आंदा ते उंदे नाल निकाह करूंगा इंडिया च कुड़ी लई आंदा हां तैनू किने दस्या ओ मैनू मुस्कानी खुश रह दस्या मैं ता आखरी शौकी आ पता नहीं सुगरी नु पता इस गल दा कि नहीं पता आपा चलिए सुगरी नु जाके दसिए मैनू लगदा सुगरी नु कोई नहीं पता आपा जाके दसने आ चाहिए ना के सना मेरी सहेली बनी होई है तो मैनू दसया कोई है यो तो गल मैं सोचदी पई हां अगर सुगरी नु पता होवे ना ए हुणे मैं उना दे घरों आई है थोड़ी देर पहले ओ मैनू जरूर दसे आपा चलिए सुगरी नु जाके दसिए चल फरकुवा हां रोटी चा ना मैं नहीं चंगी लगदी पई हूं नहीं चंगी लगदी पई एक मेरे लात नु पेड़ है एक मेनू बाद परेशानी लगे खोते तू मेरे को टुकड़ा दे तौल रखे आई वाकई हुआ मैं देखदा पया तेरा दिल नहीं करदा पे नौ रोटियां हां जिंदे च डेढ़ रोटी बची भी आजे तेरा दिल नहीं करदा हुन चुप कर जावा हां नहीं मोबाइल लबाई सारीयां रूड़ियां भोंक भोंक के माई आ गई मेरे ते लत्ता च खलियां पै गई है के तो मेनू मोबाइल कोई लब्बा ना ओ कमीज लब्बी है अजाब ते पै गए हां गजब हो गया की होया ओ तेरा बंदा चोर ने शादी करता पया
मैं तो कन्ना नाल सुन के आया ओंदा कुछ कर ला जे तेरे ते सौके न पाएगी ना तू तो सारी उम्र रुलदी बसे वे तू क्यों दुकान तोली खड़ा है कहंदा कोल सुन के आया मेनू कोई गल ता दस चा ओए अम्मा एक ते तानू यकीन नहीं आंदा मेनू मुस्कानी खुश रहदा छ पे रमजी परनिंदा पिया इंडिया दी छोर नाल वे मैं किवें यकीन करा इंडिया च छोर उड के आई है जिंदरा शादी करदा पिया है माई तू यकीन कर या ना कर अगे तेरे पुत्र कदी नहीं मुंह ते फिशल थप्पियां ते आई थप्पी वदा है ते सखराब जा ओमे लगा वदा है मुंह दे उत्ते ओ मेरी दी क्यों रोला पा लिया ने घर दे रांद ना पाओ उन्हों आलम दो पहले तसली तो कर लो ओ चाचा तसली हो ही पई है ओ कुकी के घरे बैठा ने जाके उन्दे कोल पूछ लो ताई गल फलको मेरे साल तो टुकर नहीं लांदा पिया मैं क्या मेरे सेरे करोपी पाऊ है तो करोपी पा गई इसको सेरे ब्याज गया ओ बैठी ना रहो हुन चल के मुड़ पता करिए आगा उठी माई हां ओ से जैसो जैसो निकाह उस कर लिया मोला आगा पीछा जोगे ए काकी प्रियंका पूजा जी ए इंडिया चूरा टोर से आई है कि किसी गड्डी गुड्डी से आई है मैं जहाज से आई हूं जहाज से जी वाह भाई वाह अच्छा था मत्थे के या सौदा करता भलाई बन गया ये हमारे निशान है इससे है ये हमारी पहचान है वाह भाई पहचान ही ते मिटावणी पम सी जो ये पाकिस्तान है ते मुसलमाना दा शहर है आ करतूत मिटावणा ही थे नहीं नहीं ये तो हमारी पहचान है ना इससे तो नहीं ना चलो सौदा मिटा ले इससे हां भाई हाय हाय मौला बख्शा ला रत्ती मछली ए डबरा केड़े फार्म च फाड़ के लेंदा ए इंडिया च भाई मुटियार इंडिया च हाँ, इंडिया चुआई ते केड़े चक्रा चाहिए ते तुआडे हत्थे की में लाग गई है ओ साडे हत्थे ते तुआडे तो चढ़िए ते मगर कल्ली दूर पाटते आई है सुनो आप मुझे यहाँ पे खड़ा मत करो मुझे रमजी के पास जाना मुझे देर हो रही है ओ तैनू काले छवड़न वाले मिला लेने है पहले छू ला मैंने गल ते कर ला मन तू रा क्यों डकिया साडा एदा ओ मैं ठल्या तैनू ऐसे गल्लू है कि तेरे नाल आवे नौजवान मुटियार वेख केडी प्यारी ऐदे वे मुस्कुरांदी वेख किवें भी ए इंडिया छाड़ के ते रमजी मगर आई खलोती है ओ काकी कोई ओदी ओदी हो रही हो जी है ते मैनू नंबर दे मम्मी कुआरा मरदा वा मैंने तो रमजी को बोला था आप इंडिया में आज वो नहीं आए लेकिन इस काम के लिए ना मेहनत करनी पड़ती है आप फेसबुक पे जाएं या टिकटॉक पे जाएं वहां पे आप ढूंढ लो कोई इंडिया हां ऐसे मियां फेसबुक बड़ी गेड़ी है ता रابطہ होया ताका चल ये टाइम थोड़ा है छोरे तेरा की इरादा है वापस गलिए नहीं मैं वापस नहीं जाऊंगी अब मुझे मौला बख्श पसंद आ गया सो मैं इससे शादी करूंगी आए 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 हयातियां हयातियां सदके हो जावा तेरे तो रत्ते टिक्के आ लिया हां बेली लख लाना ते मौला बख्श का तेरे ते ओ मैं तेरे ते भरोसा कीता इनरो तबे तेरा कबूतरे और मेरा मोबाइल पचा जांदे अपने ना दुख हो गया हां ओ मेरा बिरा है छोर मेरे ते आपे वटी गई इथे मेरा क्या गुनाह है हां यारी आई तो तू भी चंगी धूल पट्टी खड़ोता के वाओ मौला बख्श आप कितने ब्यूटीफुल हो ना हाँ। सो स्वीट हाय सदकी हो जावा आई आती है बूटी फूल देख धाकड़ी निकली खाली आ रंगीले दी बच्चिया दांत काट काट के गल्ला ना कर मैं तेरे दांत बांध देने नी हुन कुकी साहब ताडी की सलाह है जेड़े दो कुकड़ करवाए हो ने उना दा की करना है जनाब उना नु फ्रिज विच रखो च हौली हौली खांदे रसन ਸਰਮੀ ਇੱਕ ਮਿੰਟ ਮੇਰੀ ਗੱਲ ਸੁਣ ਇਹ ਹੁਣ ਲਿਤਰੋ ਲਿਤਰੀ ਹੋਵੇ ਨਹੀਂ ਆਪਾਂ ਇੱਥੇ ਪਿਛਾ ਖਲੋ ਜਾਂਦੇ ਆ ਪਿਛਾ ਨਹੀਂ ਆਪਾਂ ਉੱਥੇ ਪਿਛਾ ਖਲੋ ਕੇ ਇਹਨਾਂ ਦੇ ਤਮਾਸ਼ਾ ਵੇਖੀ ਉਹ ਨਹੀਂ ਹੋ ਰਹਾ ਕੀ ਹੈ ਇਹ ਇੱਥੇ ਖਲੋ ਕੇ ਤਮਾਸ਼ਾ ਵੇਖੀ ਅਰਮਜੀ ਇਹ ਕੀ ਰੋਲਾ ਅੱਪਾ ਰੋਲਾ ਰਿਜਾਈ ਦਾ ਜਿਹੜੀ ਲੀਰਾ ਲੀਰਾ ਹੋ ਗਈ ਹੈ ਕੀ ਮਤਲਬ ਹੈ ਤੇਰਾ ਮਤਲਬ ਹੈ ਕਿ ਇੰਡੀਆ ਵਿੱਚ ਛੋਰ ਮੈਂ ਫਸਾਈ ਆਈ ਤੇ ਮੌਲਾ ਬਸ ਕੇ ਪੱਕੀ ਕੀਤੀ ਖੜਤਾ ਉਹਦੇ ਨਾਲ ਪਰ ਰਹੀ ਹੂ ਹੈ ਇਹ ਤਾਂ ਚੰਗਾ ਹੋ ਗਿਆ ਮੁਬਾਰਕ ਹੋਵੇ ਨਹੀਂ ਮੇਰੀ ਭੈਣ ਤੇਰੀ ਤੈਨੂੰ ਸ਼ਾਦੀ ਫੇਰ ਮੁਬਾਰਕ ਮਾਲਾ ਬਸ਼ਕਾ ਮੇਰੇ ਕੋਲ ਹੀ ਮੁਬਾਰਕ ਲੈ ਲਾ ਕਮ ਓਨ
ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।